ਸਵਾਗਤ ਹੈ ਜੀ ਤੁਹਾਡਾ ਸਭ ਦਾ ਤੁਹਾਡੇ ਆਪਣੇ YouTube ਚੈਨਲ ਜਿਸ ਦਾ ਨਾਮ ਹੈ ਅਮਿਤ ਜਿੰਦਲ ਮਾਸਟਰ ਕਾਰਡਰ ਪੰਜਾਬੀ ਨਾਲ ਸੰਬੰਧਿਤ ਬਹੁਤ ਹੀ ਮਹੱਤਵਪੂਰਨ ਮੌਕ ਟੈਸਟ ਸੀਰੀਜ਼ ਚੱਲ ਰਹੀ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ 76ਵੇਂ ਮੌਕ ਟੈਸਟ ਦੇ ਬਾਰੇ ਜਿਸ ਵਿੱਚ ਵੀ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਸ਼ਾਮਿਲ ਕੀਤੇ ਗਏ ਨੇ ਉਮੀਦ ਕਰਦਾ ਕਿ ਇਹਨਾਂ ਪ੍ਰਸ਼ਨਾਂ ਤੋਂ ਤੁਹਾਨੂੰ ਜਰੂਰ ਹੈਲਪ ਮਿਲਦੀ ਹੋਵੇਗੀ ਤੇ ਤੁਹਾਡੀ ਪ੍ਰੈਪਰੇਸ਼ਨ ਹੈ ਜਿਹੜੀ ਉਹ ਵਧੀਆ ਢੰਗ ਦੇ ਨਾਲ ਚੱਲ ਰਹੀ ਹੋਵੇਗੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਦੋਸਤਾਂ ਦੇ ਨਾਲ ਸ਼ੇਅਰ ਕਰੋ ਤੇ ਕਮੈਂਟ ਕਰਕੇ ਆਪਣੀ ਰਾਏ ਜਰੂਰ ਦਿਓ ਸ਼ੁਰੂ ਕਰਦੇ ਹਾਂ ਜੀ 76ਵਾਂ ਮੌਕ ਟੈਸਟ ਪ੍ਰਸ਼ਨ ਨੰਬਰ 1 ਵਾਰਤਕ ਰਚਨਾ ਵਿੱਚ ਪ੍ਰਧਾਨਤਾ ਹੁੰਦੀ ਹੈ ਬੁੱਧੀ ਦੀ ਜਜ਼ਬੇ ਦੀ ਕਲਪਨਾ ਦੀ ਜਾਂ ਬੀ ਅਤੇ ਸੀ ਦੋਵੇਂ ਹਾਂਜੀ ਵਾਰਤਕ ਰਚਨਾ ਦੇ ਵਿੱਚ ਦੱਸਣਾ ਜੀ ਕਿਸ ਦੀ ਪ੍ਰਧਾਨਤਾ ਹੁੰਦੀ ਹੈ ਸਹੀ ਉੱਤਰ ਹੈ ਜੀ ਇਹਦਾ ਏ ਬੁੱਧੀ ਦੀ ਹੁੰਦੀ ਹੈ ਦੂਜਾ ਪ੍ਰਸ਼ਨ ਹੈ ਜੀ ਇਕਾਂਗੀ ਦੇ ਵਿਕਾਸ ਦੇ ਤੀਜੇ ਪੜਾ ਦੇ ਇਕਾਂਗੀਕਾਰ ਹਨ ਆਈਸੀ ਨੰਦਾ, ਸੰਤ ਸਿੰਘ ਸੇਖੋਂ, ਗੁਰਦਿਆਲ ਸਿੰਘ ਖੋਸਲਾ ਜਾਂ ਡਾਕਟਰ ਹਰਚਰਨ ਸਿੰਘ ਇਕਾਂਗੀ ਦੇ ਵਿਕਾਸ ਦੇ ਤੀਜੇ ਪੜਾ ਦੇ ਇਕਾਂਗੀਕਾਰ ਦੱਸਣੇ ਨੇ ਜੀ ਸਹੀ ਉੱਤਰ ਹੈ ਜੀ ਇਹਦਾ ਗੁਰਦਿਆਲ ਸਿੰਘ ਖੋਸਲਾ ਜਦ ਕਿ ਪਹਿਲੇ ਦੇ ਤੁਹਾਨੂੰ ਪਤਾ ਹੀ ਹੈ ਕਿ ਆਈਸੀ ਨੰਦਾ ਨੇ ਤੀਜਾ ਪ੍ਰਸ਼ਨ ਹੈ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲਾ ਅਤੇ ਆਖਰੀ ਰਾਗ ਹੈ ਸੁਹੀ ਰਾਗ ਜਜਾਵੰਤੀ ਰਾਗ ਸਿਰੀ ਰਾਗ ਜਜਾਵੰਤੀ ਰਾਗ ਮੁੰਦਾਵਨੀ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ ਤਾਂ ਪਹਿਲੇ ਨੰਬਰ ਤੇ ਦੱਸਣਾ ਜੀ ਪਹਿਲਾ ਰਾਗ ਕਿਹੜਾ ਹੈ ਤੇ ਆਖਰੀ ਰਾਗ ਕਿਹੜਾ ਹੈ ਤਾਂ ਹੁਣ ਆਖਰੀ ਰਾਗ ਆਪਾਂ ਨੂੰ ਪਤਾ ਹੀ ਹੈ ਕਿ ਜਜਾਵੰਤੀ ਰਾਗ ਹੈ ਤਾਂ ਹੁਣ ਪਹਿਲਾ ਰਾਗ ਦੇਖੋ ਜਿਹਦੇ ਵਿੱਚੋਂ ਸੁਹੀ ਰਾਗ ਹੈ ਜਾਂ ਸਿਰੀ ਰਾਗ ਤਾਂ ਤੁਹਾਡਾ ਆਪਸ਼ਨ ਇਹਨਾਂ ਦੇ ਵਿੱਚੋਂ ਹੋਊਗਾ ਹਾਂਜੀ ਸਹੀ ਉੱਤਰ ਹੈ ਜੀ ਦਾ ਬੀ ਸਿਰੀ ਰਾਗ ਪਹਿਲਾ ਰਾਗ ਹੈ ਜੀ ਤੇ ਜਜਾਵੰਤੀ ਆਖਰੀ 31ਵਾਂ ਰਾਗ ਹੈ ਚੌਥਾ ਪ੍ਰਸ਼ਨ ਹੈ ਜੀ ਗੁਰੂ ਅਰਜਨ ਦੇਵ ਜੀ ਨੇ ਕਿੰਨੀਆਂ ਵਾਰਾਂ ਰਚੀਆਂ ਕੁੱਲ 22 ਵਾਰਾਂ ਨੇ ਅਧਿਆਤਮਿਕ ਵਾਰਾਂ ਨੇ ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨੇ 21 ਵਾਰਾਂ ਨੇ ਜਿਹੜੀਆਂ ਗੁਰੂ ਸਾਹਿਬਾਨਾਂ ਦੀਆਂ ਨੇ 21ਆਂ ਦੇ ਵਿੱਚੋਂ ਦੱਸਣਾ ਹੈ ਜੀ ਗੁਰੂ ਅਰਜਨ ਦੇਵ ਜੀ ਜੋ ਕਿ ਪੰਜਵੇਂ ਪਾਤਸ਼ਾਹ ਸੀ ਉਹਨਾਂ ਦੀਆਂ ਕਿੰਨੀਆਂ ਵਾਰਾਂ ਨੇ ਜਿਹੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨੇ ਇਹਦਾ ਉੱਤਰ ਹੈ ਜੀ 6 ਅੱਗੇ ਜੀ ਪੰਜਵਾਂ ਪ੍ਰਸ਼ਨ ਹੈ ਜੀ ਰੇਤ ਛਲ ਅਤੇ ਪਰਛਾਵੇਂ ਨਾਵਲ ਕਿਸ ਦੀ ਰਚਨਾ ਹਨ ਨੌਰੰਗ ਸਿੰਘ ਨਰਿੰਜਨ ਤਸਨੀਮ ਜਸਵੰਤ ਸਿੰਘ ਕੰਵਲ ਗੁਰਦਿਆਲ ਸਿੰਘ ਰੇਤ ਛਲ ਅਤੇ ਪਰਛਾਵੇਂ ਸਹੀ ਉੱਤਰ ਹੈ ਜੀ ਦਾ ਬੀ ਨਰਿੰਜਨ ਤਸਨੀਮ ਛੇਵਾਂ ਪ੍ਰਸ਼ਨ ਹੈ ਜੀ ਵਾਰਸ਼ ਸ਼ਾ ਕਿਸ ਦੌਰ ਦਾ ਕਿੱਸਾਕਾਰ ਹੈ ਪਹਿਲੇ ਦੌਰ ਦਾ ਤੀਜੇ ਦੌਰ ਦਾ ਚੌਥੇ ਦੌਰ ਦਾ ਜਾ ਦੂਜੇ ਦੌਰ ਦਾ ਵਾਰਸ਼ ਸ਼ਾ ਕਿਸ ਦੌਰ ਦਾ ਕિસ્ਸਾ ਕਰ ਰਿਹਾ ਸਹੀ ਉੱਤਰ ਹੈ ਜੀ ਦੂਜੇ ਦੌਰ ਦਾ ਕિસ્ਸਾ ਕਰ ਰਿਹਾ ਵਾਰਸ਼ ਸ਼ਾ ਅੱਗੇ ਜੀ 7ਵਾਂ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਸੁਹਾਗ ਗੀਤ ਹੈ ਨਿੱਕੀ ਨਿੱਕੀ ਬੁੰਦੀ ਹਰਿਆਣੀ ਮਾਲਨ ਉਪਰੋਕਤ ਦੋਵੇਂ ਜਾਂ ਦੇਈ ਦੇਈ ਵੇ ਬਾਵਲਾ ਹਾਂਜੀ ਸੁਹਾਗ ਦਾ ਗੀਤ ਹੈ ਜਿਹਦੇ ਵਿੱਚੋਂ ਡੀ ਦੇਈਂ ਦੇਈਂ ਬੇਬਾਵਲਾ ਪਹਿਲਾ ਹੈਗਾ ਜੀ ਨਿੱਕੀ ਨਿੱਕੀ ਬੁੰਦੀ ਨਿੱਕਿਆ ਮੀਂਹ ਵੇ ਬਰੇ ਮਾਂ ਵੇ ਸੁਹਾਗਨ ਤੇਰੀ ਸ਼ਗਨ ਕਰੇ ਇਹ ਕੋੜੀ ਗੀਤ ਹੈ ਜੀ ਦੂਜਾ ਜੀ ਕੋੜੀ ਗੀਤ ਹੈ ਵੀ ਹਰਿਆਣੀ ਮੱਲਨ ਹਰਿਆਣੀ ਭੈਣੇ ਹਰਿਆ ਤੇ ਭਾਗੀ ਪਰਿਆ ਤਾਂ ਡੀ ਆਪਸ਼ਨ ਸਹੀ ਹੈ ਜੀ ਦੇਈਂ ਦੇਈਂ ਬੇਬਾਵਲਾ ਉਸ ਕਰੇ ਇਹ ਹੈ ਜੀ ਸੁਹਾਗ ਗੀਤ ਅੱਠਵਾਂ ਪ੍ਰਸ਼ਨ ਹੈ ਜੀ ਸਿੱਠਨੀ ਲੋਕ ਕਾਵ ਰੂਪ ਦਾ ਸੰਬੰਧ ਹੈ ਵਿਆਹ ਨਾਲ ਭੋਗ ਨਾਲ ਜਨਮ ਨਾਲ ਜਾਂ ਮਰਨ ਨਾਲ ਜਾਂ ਮਰਗਤ ਨਾਲ ਹਾਂਜੀ ਸੱਠਨੀ ਦਾ ਸਬੰਧ ਹੈ ਜੀ ਵਿਆਹ ਦੇ ਨਾਲ ਵਿਆਹ ਦੇ ਵਿੱਚ ਸੱਠਨੀਆਂ ਦਿੱਤੀਆਂ ਜਾਂਦੀਆਂ ਨੇ ਨੋਮਾ ਪ੍ਰਸ਼ਨ ਹੈ ਜੀ ਅੱਗੇ ਔਰਤਾਂ ਅਤੇ ਮਰਦਾਂ ਦੁਆਰਾ ਸਾਂਝੇ ਰੂਪ ਵਿੱਚ ਗਾਇਆ ਜਾਂਦਾ ਹੈ ਕਹਾਣੀਆਂ ਮੰਤਰ ਬੋਲੀਆਂ ਜਾਂ ਸੁਹਾਗ ਹਾਂਜੀ ਤਾਂ ਪ੍ਰਸ਼ਨ ਤੋਂ ਵੀ ਆਪਾਂ ਨੂੰ ਕਲੀਅਰ ਹੋ ਰਿਹਾ ਜੀ ਗਾਇਆ ਜਾਣ ਵਾਲਾ ਪੁੱਛਿਆ ਹੈ ਕਹਾਣੀਆਂ ਸੁਣਾਈਆਂ ਜਾਂਦੀਆਂ ਨੇ ਮੰਤਰ ਪੜ੍ਹੇ ਜਾਂਦੇ ਨੇ ਇਹਨਾਂ ਦੇ ਵਿੱਚੋਂ ਦੇਖੋ ਜੀ ਬੋਲੀਆਂ ਤੇ ਸੁਹਾਗ ਗਾਏ ਜਾਂਦੇ ਨੇ ਤਾਂ ਸਹੀ ਉੱਤਰ ਆਊਗਾ ਜੀ ਔਰਤਾਂ ਤੇ ਮਰਦਾਂ ਦੁਆਰਾ ਬੋਲੀਆਂ ਤਾਂ ਸਹੀ ਉੱਤਰ ਹੈ ਜੀ ਸੀ ਬੋਲੀਆਂ ਨੇ ਜਿਹੜੀਆਂ ਗਾਈਆਂ ਜਾਂਦੀਆਂ ਨੇ ਗਿੱਧੇ ਦੇ ਵਿੱਚ ਤੇ ਭੰਗੜੇ ਦੇ ਵਿੱਚ ਗਿੱਧੇ ਦੇ ਵਿੱਚ ਔਰਤਾਂ ਤੇ ਭੰਗੜੇ ਦੇ ਵਿੱਚ ਮਰਦ ਨੇ ਜਿਹੜੇ ਉਹ ਬੋਲੀਆਂ ਗਾਉਂਦੇ ਨੇ 10ਵਾਂ ਪ੍ਰਸ਼ਨ ਹੈ ਜੇ ਅੱਗੇ ਹੇਠ ਲਿਖਿਆਂ ਵਿੱਚੋਂ ਈਸ਼ਵਰ ਚੰਦਰ ਨੰਦਾ ਦਾ ਇਕਾਂਗੀ ਚੁਣੋ ਭਰਤ ਆਉਣ ਤੱਕ ਮੌਨਤਾਰੀ ਸਿਰਜਣਾ ਜਾਂ ਗੁਬਾਰੇ ਆਈਸੀ ਨੰਦਾ ਜਿਹੜੇ ਪਹਿਲੇ ਦੌਰ ਦੇ ਕੰਗੀਕਾਰ ਹੋਏ ਨੇ ਉਹਨਾਂ ਦਾ ਇੱਕ ਅੰਗ ਇਹ ਜਿੰਨਾ ਦੇ ਵਿੱਚੋਂ ਮੌਨਤਾਰੀ 11ਵਾਂ ਪ੍ਰਸ਼ਨ ਹੈ ਜੀ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਰਚਿਤ ਚਾਰ ਲਾਵਾਂ ਕਿਸ ਰਾਗ ਵਿੱਚ ਹਨ ਰਾਗ ਤਨਾਸਰੀ ਰਾਗ ਸੁਹੀ ਰਾਗ ਵਧਾਂਸ ਜਾਂ ਰਾਗ ਸਰੰਗ ਸ਼੍ਰੀ ਗੁਰੂ ਰਾਮਦਾਸ ਜੀ ਦੁਆਰਾ ਰਚਿਤ ਚਾਰ ਲਾਵਾਂ ਨੇ ਜੀ ਰਾਗ ਸੋਹੀ ਦੇ ਵਿੱਚ ਅੱਗੇ ਆ ਜੀ 12ਵਾਂ ਪ੍ਰਸ਼ਨ ਅਨੰਦ ਸਾਹਿਬ ਕਿਸ ਦੀ ਰਚਨਾ ਹੈ ਸ਼੍ਰੀ ਗੁਰੂ ਅੰਗਦ ਦੇਵ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼੍ਰੀ ਗੁਰੂ ਅਮਰਦਾਸ ਜੀ ਅਨੰਦ ਸਾਹਿਬ ਕਿਸ ਗੁਰੂ ਜੀ ਦੀ ਬਾਣੀ ਹੈ ਜਾਂ ਕਿਸ ਗੁਰੂ ਜੀ ਦੀ ਰਚਨਾ ਹੈ ਇਹ ਹੈ ਜੀ ਤੀਜੇ ਗੁਰੂ ਸ਼੍ਰੀ ਗੁਰੂ ਅਮਰਦਾਸ ਜੀ 13ਵਾਂ ਪ੍ਰਸ਼ਨ ਜੀ ਪਿਆਰੇ ਵਿਦਿਆਰਥੀਓ ਵੀਡੀਓ ਨੂੰ ਸਕਿਪ ਬਿਲਕੁਲ ਵੀ ਨਾ ਕਰਿਓ ਨੈਕਸਟ ਜੋ ਮੌਕ ਟੈਸਟ ਹੋਊਗਾ ਉਹ ਬਹੁਤ ਹੀ ਮਹੱਤਵਪੂਰਨ ਮੌਕ ਟੈਸਟ ਹੈ ਜਿਹਦੇ ਵਿੱਚ 10 ਪ੍ਰਸ਼ਨ ਸ਼ਾਮਿਲ ਕੀਤੇ ਗਏ ਨੇ ਉਹਨਾਂ 10 ਪ੍ਰਸ਼ਨਾਂ ਤੋਂ ਹੀ ਤੁਸੀਂ ਅੱਗੇ 50 60 ਕੁਐਸਚਨ ਬਣਾ ਸਕਦੇ ਹੋ ਤਾਂ ਅਗਲਾ ਮੌਕ ਟੈਸਟ ਵੀ ਜ਼ਰੂਰ ਦੇਖਿਓ ਮੌਕ ਟੈਸਟ ਨੰਬਰ 77 ਦੇ ਵਿੱਚ ਲੈ ਕੇ ਆਵਾਂਗੇ ਜੀ ਕਿੰਨਾ ਗੀਤਾਂ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਨੂੰ ਜਨਮ ਤੋਂ ਹੀ ਭਾਗਾ ਵਾਲਾ ਦੱਸਿਆ ਜਾਂਦਾ ਹੈ ਅਸੂ ਦਾ ਕਾਜ ਰਚਾ ਸਾਡਾ ਚਿੜੀਆਂ ਦਾ ਚੰਬਾ ਘੋੜੀਆਂ ਜਾਂ ਸੁਹਾਗ ਕਿੰਨਾ ਗੀਤਾਂ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਨੂੰ ਜਨਮ ਤੋਂ ਹੀ ਭਾਗਾਂ ਵਾਲਾ ਦੱਸਿਆ ਜਾਂਦਾ ਹੈ ਸਹੀ ਉੱਤਰ ਹੈ ਇਹਦਾ ਸੀ ਘੋੜੀਆਂ ਕਿਉਂਕਿ ਜੋ A ਆਪਸ਼ਨ ਹੈ ਤੇ B ਹੈ ਇਹ ਦੋਨੇ ਨੇ ਜੀ ਸੁਹਾਗ ਦੇ ਗੀਤ ਸੁਹਾਗ ਦੇ ਗੀਤ ਨੇ ਜਿਹੜੇ ਕੁੜੀ ਦੇ ਨਾਲ ਸੰਬੰਧਿਤ ਨੇ ਤੇ ਘੋੜੀਆਂ ਗੀਤ ਨੇ ਜਿਹੜੇ ਉਹ ਮੁੰਡੇ ਦੇ ਨਾਲ ਸੰਬੰਧਿਤ ਨੇ ਤਾਂ ਜੋ ਘੋੜੀਆਂ ਗੀਤ ਨੇ ਉਹਨਾਂ ਦੇ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਨੂੰ ਜਨਮ ਤੋਂ ਹੀ ਭਾਗਾ ਭਰਿਆ ਦੱਸਿਆ ਜਾਂਦਾ ਹੈ 14ਵਾਂ ਪ੍ਰਸ਼ਨ ਹੈ ਜੀ ਅੱਗੇ ਦੁੱਧ ਰਿੜਕੇ ਝਾਂਜਰਾਂ ਵਾਲੀ ਕੈਂਠੇ ਵਾਲਾ ਧਾਰ ਕੱਢਦਾ ਇਹ ਲੋਕ ਗੀਤ ਦਾ ਕਿਹੜਾ ਰੂਪ ਹੈ ਢੋਲਾ ਮਾਹੀਆ ਬੋਲੀ ਜਾਂ ਟੱਪਾ ਦੁੱਧ ਰਿੜਕੇ ਝਾਂਜਰਾਂ ਵਾਲੀ ਕੈਂਠੇ ਵਾਲਾ ਧਾਰ ਕੱਢਦਾ ਇਹ ਹੈ ਜੀ ਟੱਪਾ ਤਾਂ ਪਿਆਰੇ ਵਿਦਿਆਰਥੀਓ ਜਿਹੜੇ ਵੀ ਸਾਹਿਤ ਦੇ ਰੂਪ ਨੇ ਇਹ ਕਹਾਣੀਆਂ ਨੇ ਕੋਈ ਵੀ ਪੰਜਾਬੀ ਮਾਸਟਰ ਕਟਰ ਦੇ ਨਾਲ ਸੰਬੰਧਿਤ ਮਟੀਰੀਅਲ ਹੈ ਪੂਰਾ ਡਿਟੇਲ ਦੇ ਵਿੱਚ ਤੁਹਾਨੂੰ ਇਸ YouTube ਚੈਨਲ ਦੇ ਉੱਪਰ ਪਹਿਲਾਂ ਕਰਵਾਇਆ ਜਾ ਚੁੱਕਿਆ ਹੈ ਤਾਂ ਉਹ ਵੀਡੀਓਜ਼ ਜਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਤੁਸੀਂ ਪਲੇਲਿਸਟ ਖੋਲ੍ਹ ਕੇ ਉਹ ਵੀਡੀਓਜ਼ ਦੇਖ ਸਕਦੇ ਹੋ 15ਵਾਂ ਪ੍ਰਸ਼ਨ ਹੈ ਜਗੇ ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ ਮੈਂ ਵੀ ਅੱਖਾਂ ਮਹਿੰਦੀ ਬਾਗਾਂ ਦੇ ਵਿੱਚ ਸਸਤੀ ਮਿਲਦੀ ਹੱਟੀਆਂ ਤੇ ਮਿਲਦੀ ਮਹਿੰਦੀ ਮਹਿੰਦੀ ਸ਼ਗਨਾਂ ਦੀ ਬਿਨ ਤੋਤਿਆਂ ਨਹੀਂ ਲੈਂਦੀ ਇਹ ਕੀ ਹੈ ਟੱਪਾ 부ਝਾਰਤ ਲੰਮੀ ਬੋਲੀ ਜਾਂ ਕੋੜੀ ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ ਮੈਂ ਵੀ ਆਖਾਂ ਮਹਿੰਦੀ ਇਹ ਕੀ ਹੈ ਜੀ ਇਹ ਹੈ ਲੰਮੀ ਬੋਲੀ 16ਵਾਂ ਪ੍ਰਸ਼ਨ ਪੋਠੋਹਾਰ ਧਣੀ ਦੇ ਢੋਲੇ ਕਿੰਨੀਆਂ-ਕਿੰਨੀਆਂ 17 ਦੇ ਹੁੰਦੇ ਹਨ ਇੱਕ-ਇੱਕ 17 ਦੇ 2-2 17 ਦੇ 3-3 17 ਦੇ ਜਾਂ ਬਹੁਤੇ ਲੰਮੇਰੇ ਪੋਠੋਹਾਰ ਤੇ ਧਣੀ ਪੋਠੋਹਾਰ ਦੇ ਢੋਲੇ ਕਿੰਨੀਆਂ 17 ਦੇ ਹੁੰਦੇ ਨੇ ਸਹੀ ਜਵਾਬ ਹੈ ਜੀ ਇਹਦਾ ਤਿੰਨ-ਤਿੰਨ 17 ਦੇ ਹੁੰਦੇ ਨੇ ਅਗਿਆ ਜੀ 17ਵਾਂ ਪ੍ਰਸ਼ਨ ਮਾਈਏ ਅਤੇ ਟੱਪੇ ਵਿੱਚ ਅੰਤਰ ਹੈ ਬਿਲਕੁਲ ਵੀ ਨਹੀਂ ਰੂਪ ਪੱਖੋਂ ਵਿਸ਼ੇ ਪੱਖੋਂ ਜਾਂ ਬੀ ਅਤੇ ਸੀ ਦੋਵੇਂ ਮਾਈਏ ਅਤੇ ਟੱਪੇ ਵਿੱਚ ਅੰਤਰ ਹੈ ਤਾਂ ਸਹੀ ਉੱਤਰ ਹੈ ਜੀ ਇਹਦਾ ਡੀ ਰੂਪ ਪੱਖੋਂ ਵੀ ਹੈ ਤੇ ਵਿਸ਼ੇ ਪੱਖੋਂ ਵੀ ਹੈ ਇਸ ਕਰਕੇ ਆਪਾਂ ਨੇ অপਸ਼ਨ ਚੁਣਿਆ ਜੀ ਇਹਦਾ ਬੀ ਅਤੇ ਸੀ ਦੋਵੇਂ ਜੋ ਕਿ ਡੀ অপਸ਼ਨ ਦੇ ਵਿੱਚ ਹੈ ਅੱਗੇ ਪ੍ਰਸ਼ਨ ਹੈ ਜੀ 18ਵਾਂ ਰਿਤੂਪਰਨ ਨਲ ਦਮਯੰਤੀ ਵੀਰਸੈਨ ਆਦ ਕਿਸ ਮਿਥਕਥਾ ਦੇ ਪਾਤਰ ਹਨ ਪੂਰਨ ਭਗਤ ਨਲ ਦਮਯੰਤੀ ਪ੍ਰਹਿਲਾਦ ਭਗਤ ਰਿਤੂਪਰਨ ਦਮਯੰਤੀ ਇਹ ਪਾਤਰ ਪੁੱਛੇ ਗਏ ਨੇ ਜੀ ਜੋ ਮਾਸਟਰ ਕਾਡਰ ਦੇ ਵਿੱਚ ਪਹਿਲਾ ਕੁਐਸਚਨ ਆਇਆ ਸੀ ਉਹਦੇ ਵਿੱਚ ਵੀ ਹਰਨਾਕਸ਼ ਨਰਸਿੰਘ ਬਾਰੇ ਪੁੱਛਿਆ ਗਿਆ ਸੀ ਕਿ ਕਿਸ ਕਹਾਣੀ ਦੇ ਪਾਤਰ ਨੇ ਤਾਂ ਬਿਲਕੁਲ ਉਹੋ ਜਿਹੇ ਹੀ ਪ੍ਰਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਮੀਦ ਕਰਦਾ ਕਿ ਤੁਹਾਨੂੰ ਵਧੀਆ ਲੱਗਣਗੇ ਰਿਤੂ ਪਰਨਨ ਨਾਲ ਦਮਯੰਤੀ ਵੀਰਸੇਨ ਇਹ ਨੇ ਜੀ ਬੀ ਨਾਲ ਦਮਯੰਤੀ ਕਥਾ ਦੇ ਪਾਤਰ ਨੇ ਜੀ ਇਹ ਨਾਲ ਦਮਯੰਤੀ ਅੱਗੇ ਜੀ 19ਵਾਂ ਪ੍ਰਸ਼ਨ ਨੀਤੀ ਕਥਾਵਾਂ ਵਿੱਚ ਸਿੱਖਿਆ ਜਾਂ ਉਪਦੇਸ਼ ਦਿੱਤਾ ਜਾਂਦਾ ਹੈ 부ਝਾਰਤ ਰਾਹੀਂ ਗੀਤ ਰਾਹੀਂ ਕਹਾਣੀ ਰਾਹੀਂ ਜਾਂ ਮੰਤਰਾਂ ਰਾਹੀਂ ਨੀਤੀ ਕਥਾਵਾਂ ਨੇ ਜਿਹੜੀਆਂ ਜਿਵੇਂ ਇੱਕ ਨੀਤੀ ਕਥਾ ਹੈਗੀ ਆ ਲਾਲਸਾ ਦੀ ਚੱਕੀ ਤਾਂ ਉਹਦੇ ਵਿੱਚ ਉਪਦੇਸ਼ ਜਾਂ ਸਿੱਖਿਆ ਕਿਸ ਤਰ੍ਹਾਂ ਦਿੱਤੀ ਜਾਂਦੀ ਹੈ ਉਹ ਦਿੱਤੀ ਜਾਂਦੀ ਹੈ ਜੀ ਸੀ ਕਹਾਣੀ ਦੇ ਵਿੱਚ ਪਰੋਕੇ ਉਸ ਨਾਲ ਸੰਬੰਧਿਤ ਪਹਿਲਾਂ ਕਹਾਣੀ ਬਣਾਈ ਜਾਂਦੀ ਹੈ ਤੇ ਕਹਾਣੀ ਦੇ ਰਾਹੀਂ ਹੀ ਸਿੱਖਿਆ ਦਿੱਤੀ ਜਾਂਦੀ ਹੈ ਪਿਆਰੇ ਵਿਦਿਆਰਥੀਓ ਕਮੈਂਟ ਕਰਕੇ ਆਪਣੀ ਰਾਏ ਜਰੂਰ ਦੱਸਿਓ ਵਿੰਮਾ ਤੇ ਅਖੀਰਲਾ ਪ੍ਰਸ਼ਨ ਹੈ ਜੀ ਪੂਰਨ ਭਗਤ ਦੰਤ ਕਥਾ ਅਨੁਸਾਰ ਕਿਸਨੇ ਪੂਰਨ ਨੂੰ ਖੂਹ ਵਿੱਚੋਂ ਬਾਹਰ ਕੱਢਿਆ ਰਾਜਾ ਸਲਵਾਨ ਨੇ ਜਲਾਦਾ ਨੇ ਗੁਰੂ ਗੋਰਖ ਨੇ ਰਾਣੀ ਸੁਂਦਰਾ ਨੇ ਪੂਰਨ ਭਗਤ ਨਾਮ ਦੀ ਇੱਕ ਦੰਤ ਕਥਾ ਜੀ ਉਹਦੇ ਅਨੁਸਾਰ ਦੱਸਣਾ ਹੈ ਕਿ ਪੂਰਨ ਨੂੰ ਖੂਹ ਦੇ ਵਿੱਚੋਂ ਬਾਹਰ ਕਿਸ ਨੇ ਕੱਢਿਆ ਸੀ ਤਾਂ ਸਹੀ ਉੱਤਰ ਜੀ ਦਾ ਸੀ ਗੁਰੂ ਗੋਰਖ ਨੇ ਕੱਚੇ ਧਾਗੇ ਦੀ ਸਹਾਇਤਾ ਦੇ ਨਾਲ ਪੂਰਨ ਨੂੰ ਖੂਹ ਦੇ ਵਿੱਚੋਂ ਬਾਹਰ ਕੱਢਿਆ ਸੀ ਜਦ ਪੂਰਨ ਦੇ ਪਿਤਾ ਨੇ ਜਲਾਦਾ ਨੂੰ ਹੁਕਮ ਦਿੱਤਾ ਸੀ ਕਿ ਪੂਰਨ ਨੂੰ ਪਹਾੜੀ ਤੋਂ ਸੁੱਟ ਕੇ ਮਾਰ ਦੋ ਤਾਂ ਜਦੋਂ ਪਹਾੜੀ ਤੋਂ ਸੁੱਟ ਕੇ ਨਹੀਂ ਮਰਿਆ ਫਿਰ ਉਹਨੂੰ ਖੂਹ ਦੇ ਵਿੱਚ ਸੁੱਕ ਸੁੱਕੇ ਖੂਹ ਦੇ ਵਿੱਚ ਸੁੱਟ ਦਿੱਤਾ ਸੀ ਤਾਂ ਗੁਰੂ ਗੋਰਖ ਨੇ ਕੱਚੇ ਧਾਗੇ ਦੀ ਸਹਾਇਤਾ ਦੇ ਨਾਲ ਪੂਰਨ ਨੂੰ ਬਾਹਰ ਕੱਢਿਆ ਸੀ ਏਸੀ ਜੀ ਅੱਜ ਦਾ ਮੌਕ ਟੈਸਟ ਅਗਲਾ ਮੌਕ ਟੈਸਟ ਹੈ ਜੋ ਪੇਪਰਾਂ ਦੀ ਦ੍ਰਿਸ਼ਟੀ ਤੋਂ ਬਹੁਤ ਹੀ ਮਹੱਤਵਪੂਰਨ ਹੈ ਜਿਦੇ ਵਿੱਚ ਸਿਰਫ 10 ਪ੍ਰਸ਼ਨ ਨੇ ਉਹਨਾਂ ਤੋਂ ਹੀ ਤੁਹਾਡੇ 40 50 ਜਾਂ 60 ਪ੍ਰਸ਼ਨ ਤੱਕ ਤਿਆਰ ਹੋ ਸਕਦੇ ਨੇ ਤਾਂ ਚੈਨਲ ਦੇ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਦੋਸਤਾਂ ਦੇ ਨਾਲ ਸ਼ੇਅਰ ਕਰੋ